ਸੁਖਦੇਵ ਸਿੰਘ ਥਾਣਾ ਝਵਾਲ ਜੀ ਇੱਕ ਆਪਣਾ ਬਟਾਲੇ ਤੋਂ ਟੈਂਪੂ ਆ ਰਿਹਾ ਸੀ 6-7 ਸਵਾਰੀਆਂ ਦੇ ਨਾਲ ਜੀ ਹੈ ਤੇ ਕੋਟ ਧਰਮ ਦੇ ਲਾਗੇ ਸੜਕ ਦੇ ਉੱਤੇ ਕੰਪਾਈਨ ਖੜੋਤੀ ਜੀ ਹਾਂਜੀ ਟੇੜੇ ਕੇ ਰੁਕਦੇ ਖੜੋਤੇ ਸੀ ਉਹ ਨਗਾਉਣ ਲੱਗਾ ਤੇ ਸਾਈਡ ਵੱਜੀ ਆ ਤੇ ਜਿਹੜੇ ਟੈਂਪੂ ਪਲਟ ਗਿਆ ਤੇ 5-6 ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਤੇ ਡਰਾਈਵਰ ਨੂੰ ਮੌਕੇ ਤੇ ਲਿਆਣ ਕੇ ਹਵਾਲਾ ਚ ਬੰਦ ਕਰ ਦਿੱਤਾ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਤਫਤੀਸ਼ ਚੱਲਣ ਦੀ ਪਰਚਾ ਦਰਜ ਕਰਾਂਗੇ ਜੀ ਗਲਤੀ ਕੰਪਾਈਨ ਦੀ ਕਿ ਟੈਂਪੂ ਦੀ ਹਾਂ ਗਲਤੀ ਕੰਪਾਈਨ ਦੀ ਉਹਨੇ ਨਾ ਕੰਪਾਈਨ ਵਾਲੇ ਨੇ ਕੱਢਰ ਪਾਇਆ ਹੈ ਅਸੀਂ ਆੜੋ ਲੱਗੇ ਕੱਢਰ ਆਪਣਾ ਸਾਈਡ ਥਾਣੀ ਉਹਨੇ ਸਾਡੇ ਵੱਲ ਨੂੰ ਕੱਟ ਮਾਰੀ ਤੇ ਉਹਨੇ ਰੋਕਿਆ ਨਹੀਂ ਤੇ ਭਾਈ ਸਾਡੇ ਆੜੋ ਥੱਲੇ ਆ ਗਏ ਉਹਦੇ ਕੱਢਣ ਦੇ ਤੇ ਆ ਬੱਚੇ ਥੱਲੇ ਆ ਗਏ ਵਿਚਾਰੇ ਕਿੰਨੇ ਜਣੇ ਇਸ ਟੈਂਪੂ 'ਚ 6 ਜਣੇ ਹੈਗੇ ਸੀ ਤਿੰਨਾਂ 'ਚੋਂ ਉਹਨੇ ਸੱਟਾਂ ਲੱਗੀਆਂ ਸੱਟ ਮੇਰੇ ਵੀ ਲੱਗੀ ਆ ਮੇਰੇ ਪਤਾ ਨਹੀਂ ਥੋੜੀ ਲੱਗੀ ਜਾਂ ਲਿਖੀ ਬੱਖੀ 'ਚ ਬਹੁਤ ਦਰਦ ਹੋਣੀ ਭਾਈ ਮੇਰੇ ਵੀ ਪਰ ਭਈਆ ਮੇਰੇ ਨਾਲ ਬੱਚੇ ਆ ਗਏ ਮੈਂ ਇਹਨਾਂ ਦਾ ਕਰਕੇ ਆਇਆ ਜੀ ਮੈਨੂੰ ਨਹੀਂ ਇਹਨੂੰ ਆਪਣੇ ਨਹੀਂ ਭਾਈ ਮੈਨੂੰ ਹੈਗੇ ਕਿੰਨੇ ਬੰਦੇ ਤੁਸੀਂ 6 ਜਣੇ ਹੈਗੇ ਜੀ ਤੇ ਕੰਪਾਈਨਾ ਫੜਿਆ ਕੰਪਾਈਨ ਵਾਲਾ ਭਾਈ ਉੱਥੇ ਕੰਪਾਈਨ ਲੱਗੀ ਸਾਡਾ ਬੰਦਾ ਉੱਥੇ ਖੜਾ ਕੰਪਾਈਨ ਵਾਲੇ ਦੇ ਲਾਗੇ ਤੇ ਨੁਕਸਾ ਕਿੰਨਾ ਹੋਇਆ ਟੈਂਪੂ ਦਾ ਸਾਲ ਭਾਈ ਟੈਂਪੂ ਦਾ ਬਚਿਆ ਨਹੀਂ ਕੁਛ ਵੀ ਹੈਗਾ ਕੀ ਮੰਗ ਤੁਹਾਡੀ ਮੰਗ ਭਾਈ ਸਾਡੀ ਇਲਾਜ ਹੋਣ ਜਾਣਾ ਚਾਹੀਦਾ ਸਾਡੀ ਮੰਗ ਹੋਰ ਕੋਈ ਨਹੀਂ ਹੈਗੀ ਜੀ ਆਏ ਕਿੱਥੋਂ ਤੁਸੀਂ ਉੱਥੇ ਟਿਕਣ ਭਾਈ ਅਸੀਂ ਬੰਡਾਲਿਓ ਆ ਰਹੇ ਹਾਂ ਬਸ ਸਾਡੇ ਲਾ ਆਪਣਾ ਬੰਡਾਲੇ ਤੋਂ ਆ ਰਹੇ ਹਾਂਜੀ ਕੀ ਨਾਲ ਜਿਹੜੇ ਬੰਦੇ ਤੁਹਾਡੇ ਨਾਲ ਸੀ ਸਾਰੇ ਹਾਂਜੀ ਨਾਮਾਂ ਦਾ ਪਤਾ ਮਾੜਾ ਮੋਟਾ ਨਾ ਭਾਈ ਆਪਣੇ ਬੰਦੇ ਆ ਸੱਟ ਵੀ ਮੇਰੇ ਵੀ ਲੱਗੀ ਪਰ ਮੇਰੇ ਨੌਕਰ ਦੀ ਦਰਦ ਬਹੁਤ ਹੋਣੀ ਪਰ ਮੇਰੇ ਮੱਖੀ 'ਚ ਲੱਗੀ ਜਾਂਦੀ ਟੈਂਪੂ ਜੀ ਉਹ ਭੁੰਡੀ ਜੀ ਆਂਟੀ ਇਹਦੇ ਨਾਲ ਉਹ ਉਹਨੇ ਪਹਿਲਾਂ ਨਾ ਰਾਹ ਦਿੱਤਾ ਸੀ ਤੇ ਭਾਈ ਫੇਰ ਹੁਣ ਕੱਟ ਮਾਰਤਾ ਤੇ ਉਹ ਅੜ ਗਈ ਉਹ ਅੜ ਗਈ ਆ ਜੀ ਉਹ ਅੜ ਗਈ ਤੇ ਉਹਨੇ ਫੇਰ ਰੇਸ ਤੇ ਟੀਆ ਦੀ ਤਾਂ ਅਸੀਂ ਥੱਲੇ ਆ ਗਏ ਕਿੰਨੇ ਜਣੇ ਜੀ 6 ਜਣੇ ਤੇ ਟੈਂਪੂ ਕਿੱਧਰੋਂ ਜਾ ਰਿਹਾ ਗਾੜੀ ਮਿਲ ਜਾਂਦੇ ਬਾਬੇ ਬੁੱਢੇ ਸਾਹਿਬ ਮੈਂ ਇਸੇ ਹਰਦੇਵ ਸਿੰਘ ਥਾਣਾ ਝਵਾਲ ਜੀ ਇੱਕ ਆਪਣਾ ਬਟਾਲੇ ਤੋਂ ਟੈਂਪੂ ਆ ਰਿਹਾ ਸੀ 6-7 ਸਵਾਰੀਆਂ ਦੇ ਨਾਲ ਜੀ ਹੈਂ ਅਤੇ ਕੋਟ ਧਰਮ ਦੇ ਲਾਗੇ ਸੜਕ ਦੇ ਉੱਤੇ ਕੰਪਾਈਨ ਖੜੋਤੀ ਜੀ ਹਾਂਜੀ ਟੇੜੇ ਕੇ ਰੁਕਦੇ ਖੜੋਤੇ ਸੀ ਉਹ ਨਗਾਉਣ ਲੱਗਾ ਤੇ ਸਾਈਡ ਵੱਜੀ ਆ ਤੇ ਜਿਹੜੇ ਟੈਂਪੂ ਪਲਟ ਗਿਆ ਤੇ 5-6 ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਅਤੇ ਡਰਾਈਵਰ ਨੂੰ ਮੌਕੇ ਤੇ ਲਿਆਣ ਕੇ ਹਵਾਲਾ ਚ ਬੰਦ ਕਰ ਦਿੱਤਾ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਚੱਲਣ ਦੀ ਪਰਚਾ ਦਰਜ ਕਰਾਂਗੇ ਜੀ ਗਲਤੀ ਕੰਪਾਈਨ ਦੀ ਕਿ ਟੈਂਪੂ ਦੀ ਹਾਲੇ ਗਲਤੀ ਕੰਪਾਈਨ ਦੀ ਉਹਨੇ ਨਾ ਕੰਪਾਈਨ ਵਾਲੇ ਨੇ ਕੱਢਰ ਪਾਇਆ ਹੋਇਆ ਸੀ ਅਸੀਂ ਆੜੋ ਲੱਗੇ ਕੱਢਰ ਆਪਣਾ ਸਾਈਡ ਥਾਣੀ ਉਹਨੇ ਸਾਡੇ ਵੱਲ ਨੂੰ ਕੱਟ ਮਾਰੀ ਤੇ ਉਹਨੇ ਰੋਕਿਆ ਨਹੀਂ ਤੇ ਭਾਈ ਸਾਡੇ ਆੜੋ ਥੱਲੇ ਆ ਗਏ ਉਹਦੇ ਕੱਢਣ ਦੇ ਤੇ ਆ ਬੱਚੇ ਥੱਲੇ ਆ ਗਏ ਵਿਚਾਰੇ ਕਿੰਨੇ ਜਣੇ ਇਸ ਟੈਂਪੂ 'ਚ 6 ਜਣੇ ਹੈਗੇ ਸੀ ਤਿੰਨਾਂ 'ਚੋਂ ਉਹਨੇ ਸੱਟਾਂ ਲੱਗੀਆਂ ਸੱਟ ਮੇਰੇ ਵੀ ਲੱਗੀ ਆ ਮੇਰੇ ਪਤਾ ਨਹੀਂ ਥੋੜੀ ਲੱਗੀ ਜਾਂ ਲਿਖੀ ਬੱਖੀ 'ਚ ਬਹੁਤ ਦਰਦ ਹੋਣੀ ਭਾਈ ਮੇਰੇ ਵੀ ਪਰ ਭਈਆ ਮੇਰੇ ਨਾਲ ਬੱਚੇ ਆ ਗਏ ਮੈਂ ਇਹਨਾਂ ਦਾ ਕਰਕੇ ਆਇਆ ਜੀ ਮੈਨੂੰ ਨਹੀਂ ਇਹਨੂੰ ਆਪਣੇ ਨਹੀਂ ਭਾਈ ਮੈਨੂੰ ਹੈਗੇ ਕਿੰਨੇ ਬੰਦੇ ਤੁਸੀਂ ਭਾਈ 6 ਜਣੇ ਹੈਗੇ ਜੀ ਤੇ ਕੰਪਾਈਨਾ ਫੜਿਆ ਕੰਪਾਈਨ ਵਾਲਾ ਭਾਈ ਉੱਥੇ ਕੰਪਾਈਨ ਲੱਗੀ ਸਾਡਾ ਬੰਦਾ ਉੱਥੇ ਖੜਾ ਕੰਪਾਈਨ ਵਾਲੇ ਦੇ ਲਾਗੇ ਤੇ ਨੁਕਸਾ ਕਿੰਨਾ ਹੋਇਆ ਟੈਂਪੂ ਦਾ ਸਾਲ ਭਾਈ ਟੈਂਪੂ ਦਾ ਬਚਿਆ ਨਹੀਂ ਕੁਛ ਵੀ ਹੈਗਾ ਜੀ ਕੀ ਮੰਗ ਤੁਹਾਡੀ ਮੰਗ ਭਾਈ ਸਾਡੀ ਇਲਾਜ ਹੋਣ ਜਾਣਾ ਚਾਹੀਦਾ ਸਾਡੀ ਮੰਗ ਹੋਰ ਕੋਈ ਨਹੀਂ ਹੈਗੀ ਜੀ ਆਏ ਕਿੱਥੋਂ ਤੁਸੀਂ ਮੱਥੇ ਟਿਕਣ ਭਾਈ ਅਸੀਂ ਬੰਡਾਲਿਓ ਆ ਰਹੇ ਹਾਂ ਬਸ ਸਾਡੇ ਲਾ ਆਪਣਾ ਬੰਡਾਲੇ ਤੋਂ ਆ ਰਹੇ ਹਾਂਜੀ ਕੀ ਨਾਲ ਜਿਹੜੇ ਬੰਦੇ ਤੁਹਾਡੇ ਨਾਲ ਸੀ ਸਾਰੇ ਹਾਂਜੀ ਨਾਮਾਂ ਦਾ ਪਤਾ ਮਾੜਾ ਮੋਟਾ ਨਾ ਭਾਈ ਆਪਣੇ ਬੰਦੇ ਆ ਸੱਟ ਵੀ ਮੇਰੇ ਵੀ ਲੱਗੀ ਪਰ ਮੇਰੇ ਨੌਕਰ ਦੀ ਦਰਦ ਬਹੁਤ ਹੋਣੀ ਪਰ ਮੇਰੇ ਮੱਖੀ 'ਚ ਲੱਗੀ ਜਾਂਦੀ ਟੈਂਪੂ ਜੀ ਉਹ ਭੁੰਡੀ ਜੀ ਆਂਟੀ ਇਹਦੇ ਨਾਲ ਉਹ ਉਹਨੇ ਪਹਿਲਾਂ ਨਾ ਰਾਹ ਦਿੱਤਾ ਸੀ ਤੇ ਭਾਈ ਫੇਰ ਹੁਣ ਕੱਟ ਮਾਰਤਾ ਤੇ ਉਹ ਅੜ ਗਈ ਉਹ ਅੜ ਗਈ ਤੇ ਉਹਨੇ ਫੇਰ ਰੇਸ ਤੇ ਟੀਆ ਦੀ ਤਾਂ ਅਸੀਂ ਥੱਲੇ ਆ ਗਏ ਕਿੰਨੇ ਜਣੇ ਜੀ 6 ਜਣੇ ਤੇ ਟੈਂਪੂ ਕਿੱਧਰੋਂ ਜਾ ਰਿਹਾ ਟੈਂਪੂ ਭਾਈ ਬਾਬੇ ਬੁੱਢੇ ਸਾਹਿਬ ਗਾੜੀ ਮਿਲ ਜਾਂਦੇ ਬਾਬੇ ਬੁੱਢੇ ਸਾਹਿਬ